ਦੋਵੇਂ ਲੇਜ਼ਰ ਵਾਲੇ ਤੇ ਮੁਕਾਬਲੇ 'ਚ ਲੱਗੇ ਪਏ ਆ। ਉਹ ਇਹਨਾਂ ਦਾ ਕੰਮ ਸਹੀ ਹੈ, ਦੋਨੇ ਮੁਕਾਬਲੇ 'ਚ ਲੱਗੇ ਹੋਏ ਆ। ਸਹੀ ਗਾਜ਼ੀ ਸਹੀ ਰਹੂਗਾ ਜਾਂ ਆ ਅੱਗੇ ਲੱਗਿਆ ਹੋਇਆ ਲੇਜ਼ਰ ਵਾਲਾ ਗਾਜ਼ੀ ਦੇ ਮੁਕਾਬਲੇ ਦੇ ਵਿੱਚ 640 ਲੱਗਿਆ, ਇੱਕ ਪਾਸੇ 640 ਆ ਅਤੇ ਇੱਕ ਪਾਸੇ ਆ ਗਾਜ਼ੀ। ਗਾਜ਼ੀ ਵਾਲਾ ਕਹਿੰਦਾ ਪਹਿਲੇ ਮੈਂ ਹਾਲ ਮਾਰਨੇ, ਲੇਜ਼ਰ ਵਾਲਾ ਕਹਿੰਦਾ ਪਹਿਲਾਂ ਮੈਂ ਲੇਜ਼ਰ ਕਰਨਾ, ਵੇਖਦੇ ਹਾਂ ਕੀ ਬਣਦਾ। ਉਮੀਦ ਆ ਵੀ ਲੇਜ਼ਰ ਵਾਲਾ ਗਾਜ਼ੀ ਵਾਲਾ ਜਿੱਤੂਗਾ। ਗਾਜ਼ੀ ਵਾਲੇ ਫਰੇਮ ਰਗੜੀ ਤੁਰਿਆ ਹੁੰਦਾ, ਇੱਧਰੋਂ ਲੇਜ਼ਰ ਵਾਲਾ ਤਾਂ ਮੱਠਾ ਲੱਗਾ ਹੋਇਆ ਅਸਲੋਂ ਹੀ। ਲੇਜ਼ਰ ਵਾਲੇ ਦਾ ਵਿੱਚ ਕੰਮ ਉਹ ਵੀ ਪਹਿਲੇ 'ਚ ਲੱਗਾ, ਉਹ ਵੀ ਪਹਿਲੇ 'ਚ ਲੱਗਾ। ਇੱਕ ਹੋਰ ਮਜ਼ੇ ਦੀ ਗੱਲ ਆ, ਦੋਵੇਂ ਮਾਲਕ ਬੈਠੇ ਆ, ਗਾਜ਼ੀ ਵਾਲਾ ਵੀ ਮਾਲਕ ਆ, 640 ਵਾਲਾ ਲੇਜ਼ਰ ਵਾਲਾ ਵੀ ਮਾਲਕ। ਇਹ ਹਲ ਵੀ ਪੁਰਾਣਾ ਮਾਡਲ ਫੋਰਡ ਵਾਲੇ ਆ। ਹੁਣ ਲਓ ਜੀ ਆ 640 ਵਾਲਾ ਵਾ, ਵੇਖਦੇ ਹਾਂ। ਹਲੇ ਤਾਂ ਇਹਨੇ ਕਨਾਲ ਜਗ੍ਹਾ ਲੇਜ਼ਰ ਕੀਤੀ ਆ, ਅਤੇ ਇੱਧਰੋਂ ਗਾਜ਼ੀ ਵਾਲੇ ਨੇ ਤਕਰੀਬਨ ਵਿਘੇ ਦੇ ਨੇੜੇ ਨੇ ਹਲ ਵਾਲਿਆਂ ਨੇ। ਚਲੋ ਵੇਖਦੇ ਹਾਂ ਐਂਡ ਤਾਈਂ ਕੀ ਬਣਦਾ। ਇਹ ਨੁੱਕਰ ਕਢਾ ਰਿਹਾ? ਹਾਂਜੀ ਨੁੱਕਰ ਕਢਾ ਰਿਹਾ। ਤਾਲ ਕਿਵੇਂ ਮੱਠਾ? ਆਹ 640 ਵਾਲਾ ਲੱਗਾ ਹੋਇਆ ਅਸਲੋਂ ਮੱਠਾ, ਵੇਖੋ ਤੇ ਗਾਜ਼ੀ ਵਾਲੇ ਦਾ ਮੁਕਾਬਲਾ ਤੇਰਾ। ਛੇ ਸੌ ਚਾਲੀ ਵਾਲਾ ਵੀ ਸਹੀ ਚੱਲਣ ਡਿਆ, ਤੇ ਗਾਜ਼ੀ ਵਾਲਾ ਤਾਂ ਅਸਲੋਂ ਕੰਮ ਪੱਟੀ ਜਾਂਦਾ ਨਾ। ਜ਼ਮੀਨ ਵੀ ਹੁਣ ਸਹੀ ਲੇਜ਼ਰ ਹੋਊਗੀ, ਹਾਲ ਵਾਲੀ ਵੀਡੀਓ ਬਹੁਤ ਲੰਬੀ ਹੋ ਗਈ ਆ। ਠੀਕ ਹੈ, ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਹੁਣ ਅਸੀਂ, ਅਗਲੀ ਵੀਡੀਓ ਸਾਡੀ ਲਾਜ਼ਮੀ ਦੇਖਿਓ।